ਮੈਂ ਜਦੋਂ ਸਟਾਰਟਿੰਗ ਕੀਤੀ ਸੀਗੀ, ਮਤਲਬ ਅਸੀਂ ਪੇਜ ਦੀ ਸਟਾਰਟਿੰਗ ਨਹੀਂ ਕੀਤੀ ਸੀ ਹਜੇ, ਠੀਕ ਹੈ, ਮੇਰੇ ਪਾਪਾ ਨੇ ਉਦੋਂ ਪਹਿਲਾਂ ਮੈਂ ਰਾਈਡਿੰਗ 'ਚ ਜਾਂਦੀ ਹੁੰਦੀ ਸੀ, ਮੈਨੂੰ ਆਏ ਸੀ ਬਈ ਜਦੋਂ ਮੈਨੂੰ ਲੋਕ ਦੇਖਣਗੇ ਉਹ ਕੀ ਕਰਨ ਕੀ ਕਹਿਣਗੇ, ਮਤਲਬ ਉਹਨਾਂ ਦੇ ਕਮੈਂਟਸ ਕੀ ਹੋਣਗੇ। ਤੇ ਪਾਪਾ ਮੇਰੇ ਨਾਲ ਨਾ ਮਜ਼ਾਕ ਕਰਨ ਲੱਗ ਗਏ, ਕਹਿੰਦੇ ਨਾ ਰੋਬਿਨ ਇੱਕ ਦਿਨ ਨਾ ਆਪਣੀ ਘੋੜੀ ਵੀ ਸ਼ੋਅ 'ਚ ਹੋਊਗੀ। ਮਤਲਬ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀ ਸੀਗੀ ਕਾਰ ਲਗਜ਼ਰੀ ਸੀ, ਘੋੜਾ ਕਾਮਨ ਸੀ। ਉਹਨਾਂ ਵਾਲੇ ਟਾਈਮ ਦੇ ਵਿੱਚ ਜਿਹੜਾ ਕਾਰ ਹੈਗੀ ਆ ਉਹ ਕਾਮਨ ਹੈ ਤੇ ਘੋੜਾ ਲਗਜ਼ਰੀ ਹੈ। ਬਾਕੀ ਘੋੜੇ ਆ ਜਿਹੜੇ ਉਹ ਆਪਦੀ ਜਗ੍ਹਾ ਆਪੇ ਪਹਿਲਾਂ ਬਣਾ ਲੈਂਦੇ ਆ। ਆਉਣ ਤੋਂ ਪਹਿਲਾਂ ਆਪਾਂ ਮੰਡੀ 'ਚ ਜਾਂਦੇ ਹਾਂ ਘੋੜਾ ਲੈਣਾ, ਆਪਣੀ ਕੋਈ ਔਕਾਤ ਨਹੀਂ ਹੁੰਦੀ ਵੀ ਆਪਾਂ ਘੋੜਾ ਲੈ ਕੇ ਘਰੇ ਚਲਾ ਜਾਵਾਂਗੇ। ਸਾਰਿਆਂ ਨਾਲੋਂ ਵੱਡਾ ਕਾਰਨ ਤਾਂ ਆਪਣਾ ਟਰੱਸਟ ਹੀ ਹੈ। ਮਤਲਬ ਹੁਣ ਘਰਦਿਆਂ ਨੇ ਜੇ ਕਿਸੇ ਤੇ ਟਰੱਸਟ ਕੀਤਾ ਤਾਂ ਉਹ ਗਾਂ ਜਾ ਕੇ ਕੁੜੀਆਂ ਨੂੰ ਟਰੱਸਟ ਨਹੀਂ ਤੋੜਨਾ ਚਾਹੀਦਾ। ਵੈਸੇ ਮਤਲਬ ਜਿਹਨੇ ਇੱਕ ਵਾਰ ਪਾਰਟੀਸਪੇਟ ਕਰਵਾ ਲਿਆ ਆਪਦਾ ਘੋੜਾ ਉਹ ਜਿੱਤ ਹੀ ਗਿਆ, ਕਿਉਂਕਿ ਸਾਰਿਆਂ 'ਚ ਇੰਨਾ ਕੌਨਫੀਡੈਂਸ ਨਹੀਂ ਹੁੰਦਾ ਹਰ ਕਿਸੇ 'ਚ ਵੀ ਆਪਦਾ ਘੋੜਾ ਜਿਹੜਾ ਹੈਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝ ਦਿਲ ਤੋਂ ਦਿਲਾਂ ਦੀ, ਤੇ ਮੈਂ ਹਾਂ ਬਿਕਰਮ ਰੰਧਾਵਾ। ਸਫਰਾਂ ਤੇ ਆ ਜੀ, ਤੇ ਪਹੁੰਚੇ ਆ ਪਿੰਡ ਖੁੰਨਣ ਖੁਰਦ। ਆਪਾਂ ਅੱਗੇ ਵੀ ਗੱਲ ਕੀਤੀ ਆ ਵੀ ਕੁੜੀਆਂ ਨੂੰ ਜੇ ਆਪਾਂ ਗੱਲ ਕਰੀਏ ਵੀ ਸਿਰਫ ਘਰੇਲੂ ਕੰਮਾਂ ਵਾਸਤੇ ਵੇਖਿਆ ਜਾਂਦਾ। ਕੁੜੀਆਂ ਜਿੱਥੇ ਘਰੇਲੂ ਕੰਮ ਕਰਦੀਆਂ ਨਾਲ ਨਾਲ ਆਪਣੇ ਹੁਣ ਸੁਪਨੇ ਵੀ ਪੂਰੇ ਕਰ ਰਹੀਆਂ। ਜੇ ਆਪਾਂ ਗੱਲ ਕਰੀਏ ਕਿਸੇ ਵੀ ਫੀਲਡ ਦੀ, ਕੁੜੀਆਂ ਹਰੇਕ ਫੀਲਡ ਵਿੱਚ ਮੁੰਡਿਆਂ ਨਾਲੋਂ ਅੱਗੇ ਆ। ਜੇ ਘੋੜਿਆਂ ਦੀ ਗੱਲ ਕਰਦੇ ਹਾਂ ਤੇ ਘੋੜਿਆਂ ਦੇ ਖੇਤਰ ਵਿੱਚ ਵੀ ਕੁੜੀਆਂ ਨੇ ਚੰਗਾ ਨਾਮ ਕਮਾਇਆ ਆਪਣੀ ਮਿਹਨਤ ਸਦਕਾ। ਅੱਜ ਆਪਾਂ ਗੱਲ ਕਰਾਂਗੇ ਭੈਣ ਰੋਬਿਨ ਨਾਲ ਤੇ ਉਹਨਾਂ ਦੇ ਚਾਚਾ ਹੈਪੀ। ਆਪਾਂ ਇਹਨਾਂ ਦੇ ਸਫ਼ਰ ਦੀ ਗੱਲਬਾਤ ਕਰਾਂਗੇ, ਕਿਵੇਂ ਸ਼ੁਰੂਆਤ ਕੀਤੀ, ਕਿਹੜੀਆਂ ਕਿਹੜੀਆਂ ਔਕੜਾਂ ਆਈਆਂ, ਸਾਰੀ ਗੱਲਬਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਤੇ ਧੰਨਵਾਦ ਵੀਰੇ ਸਾਡੇ ਵੇੜੇ ਪੈਰ ਪਾਉਣ ਦਾ। ਹਾਂਜੀ, ਤੁਹਾਡਾ ਵੀ ਧੰਨਵਾਦ, ਤੁਸੀਂ ਕੀਮਤੀ ਟਾਈਮ ਦਿੱਤਾ। ਤੇ ਆਪਾਂ ਰੋਬਿਨ ਤੁਹਾਨੂੰ ਸਵਾਲ ਆ, ਜੇ ਕੁੜੀਆਂ ਨੂੰ ਦੇਖਦੇ ਆ, ਕੁੜੀਆਂ ਜਾਂ ਤਾਂ ਵੀ ਘਰ ਦੇ ਚਾਹੁੰਦੇ ਆ ਵੀ ਉਹ ਘਰੇਲੂ ਕੰਮ ਕਰਨ, ਤੇ ਜਾਂ ਫਿਰ ਆਪਾਂ ਇਹ ਕਹਿ ਸਕਦੇ ਡਾਕਟਰ ਬਣਨ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ 50% ਕੁੜੀਆਂ ਤਾਂ ਕਹਿੰਦੀਆਂ ਵੀ ਬਾਹਰ ਨੂੰ ਹੀ ਚੱਲ ਜਾਈਏ। ਤੁਹਾਡਾ ਸ਼ੌਂਕ ਕਿਵੇਂ ਪਿਆ ਘੋੜਿਆਂ? ਪਹਿਲਾਂ ਮਤਲਬ ਸਾਡੇ ਘੋੜੇ ਹੁੰਦੇ ਨਹੀਂ ਸੀ, ਉਦੋਂ ਮੈਨੂੰ ਇੰਨਾ ਸ਼ੌਂਕ ਹੈ ਨਹੀਂ ਸੀ। ਠੀਕ ਹੈ, ਠੀਕ ਹੈ। ਮਤਲਬ ਮੈਨੂੰ ਸੀਗਾ ਵੀ ਮੈਂ ਹਾਂ ਘੋੜੇ ਤੇ ਰਾਈਡ ਕਰਾਂ, ਮੈਂ ਵੀ ਫੀਲ ਕਰਨਾ ਵੀ ਘੋੜੇ ਤੇ ਚੜ੍ਹ ਕੇ ਕਿਵੇਂ ਲੱਗਦਾ। ਠੀਕ ਹੈ। ਤੇ ਬਾਅਦ ਵਿੱਚ ਹੌਲੀ ਹੌਲੀ ਮਤਲਬ ਅਸੀਂ ਘੋੜਾ ਲਿਆਂਦਾ ਸੀ, ਇੱਕ ਘੋੜੀ ਲਿਆਂਦੀ ਸੀਗੀ। ਠੀਕ ਹੈ। ਆਪਣੀ ਸਾਂਝੀ ਸੀ ਕਿਸੇ ਨਾ ਪਿੰਡ 'ਚ, ਉਦੋਂ ਆਪਣੀ ਇੰਨੀ ਜਗ੍ਹਾ ਨਹੀਂ ਹੁੰਦੀ ਸੀਗੀ ਇੱਥੇ। ਠੀਕ ਹੈ, ਠੀਕ ਹੈ। ਹਾਂਜੀ, ਤੇ ਫਿਰ ਉੱਧਰ ਜਿੱਦਾਂ ਦੇ ਨਾਲ ਸਾਂਝੀ ਲਿਆਂਦੀ ਸੀ ਉੱਥੇ ਰੱਖਦੇ ਸੀਗੇ ਅਸੀਂ। ਠੀਕ ਹੈ, ਠੀਕ ਹੈ। ਮੈਂ ਛੁੱਟੀ ਵਾਲੇ ਦਿਨ ਜਾਂ ਫਿਰ ਸੰਡੇ ਨੂੰ ਕਿਵੇਂ ਕਰਦੀ ਸੀ, ਮੈਂ ਸੁਬਾ ਮਤਲਬ ਇੱਥੋਂ ਚੱਲ ਜਾਂਦੀ ਸੀ ਕਿਸੇ ਨਾਲ, ਮੈਨੂੰ ਚਾਚੂ ਛੱਡ ਜਾਂਦੇ ਸੀ, ਪਾਪਾ ਛੱਡ ਜਾਂਦੇ ਸੀਗੇ। ਠੀਕ ਹੈ, ਠੀਕ ਹੈ। ਉੱਥੇ ਜਿਹੜੇ ਅੰਕਲ ਸੀਗੇ ਜਿਨ੍ਹਾਂ ਨਾਲ ਸਾਡੀ ਸਾਂਝੀ ਸੀਗੀ, ਬਸ ਤਾਂ ਮੈਂ ਉਹਨਾਂ ਨੂੰ ਚਾਚੂ ਪਹਿਲਾਂ ਉੱਥੇ ਰੱਖੀ ਸੀ। ਹਾਂਜੀ, ਰੱਖੀ ਹੋਈ ਸੀ। ਠੀਕ ਹੈ, ਠੀਕ ਹੈ। ਤੇ ਫਿਰ ਉਹ ਮੈਨੂੰ ਆਏ ਹੁੰਦਾ ਸੀ ਕਿ ਮੈਂ ਪਿੰਡ 'ਚ ਖੇੜਾ ਦੇਵਾਂ। ਠੀਕ ਹੈ, ਸ਼ੌਂਕ ਰਿਹਾ। ਹਾਂਜੀ, ਠੀਕ ਹੈ। ਫਿਰ ਮੈਂ ਸਾਰੇ ਪਿੰਡ 'ਚ ਪਹਿਲਾਂ ਗੇੜਾ ਦੇ ਕੇ ਫਿਰ ਉਸ ਤੋਂ ਬਾਅਦ ਇੱਥੇ ਘਰੇ ਘੋੜੀ ਵੀ ਆਉਂਦੀ ਹੁੰਦੀ ਸੀ। ਠੀਕ ਹੈ, ਠੀਕ ਹੈ, ਠੀਕ ਹੈ। ਵੀ ਉਦੋਂ ਤੋਂ ਸ਼ੌਂਕ ਵੱਧਦਾ ਤੇ ਅੱਜ ਰਾਈਡਿੰਗ ਸੀਗੀ। ਠੀਕ ਹੈ, ਠੀਕ ਹੈ।
ਤੇ ਫਸਟ ਰਾਈਡਿੰਗ ਦੀ ਗੱਲ ਕਰੀਏ, ਡਰ ਤਾਂ ਨਹੀਂ ਲੱਗਿਆ? ਹਾਂ ਪਹਿਲਾ ਵਾਰੀ ਫਸਟ ਰਾਈਡਿੰਗ ਤੇ ਹਰ ਕਿਸੇ ਨੇ ਲੱਗਦਾ ਹੈ। ਠੀਕ ਹੈ ਠੀਕ ਹੈ। ਤੇ ਬਾਈ ਆਪਾਂ ਦੇਖਦੇ ਹਾਂ ਪਰਿਵਾਰਾਂ ਦੀ ਗੱਲ, ਬਹੁਤ ਘੱਟ ਪਰਿਵਾਰ ਆ ਜਿਹੜੇ ਕੁੜੀਆਂ ਦਾ ਸਾਥ ਦਿੰਦੇ ਆ, ਕੁੜੀਆਂ ਨੂੰ ਅੱਗੇ ਵਧਾਉਣ ਵਿੱਚ ਪੂਰਾ ਜਿਹੜਾ ਕਹਿੰਦੇ ਬਰਾਬਰ ਖਿਲਾਰਦੇ ਆ ਮੁੰਡਿਆਂ ਦੇ। ਕਦੇ ਏਦਾਂ ਦਾ ਮਨ ਚ ਸਵਾਲ ਨਹੀਂ ਆਇਆ ਜਾਂ ਫਿਰ ਏਦਾਂ ਦਾ ਕਿਸੇ ਲੋਕਾਂ ਨੇ ਆਪਾਂ ਕਹਿ ਸਕਦੇ ਵੀ ਡੱਕਿਆ ਨੀ? ਪਹਿਲਾਂ ਕਹਿੰਦੇ ਸੀਗੇ, ਠੀਕ ਹੈ, ਪਰ ਹੁਣ ਨਹੀਂ ਗਾ। ਆਪਣੇ ਕੁੜੀਆਂ ਨੂੰ ਮੁੰਡਾ ਤਾਂ ਵੱਧ ਹੀ ਸਮਝਿਆ। ਠੀਕ ਹੈ ਠੀਕ ਹੈ। ਜਿਵੇਂ ਆਪਣੇ ਘਰ ਵਿੱਚ ਇਹ ਨਹੀਂ ਗਾ ਵੀ ਕੁੜੀਆਂ ਨੂੰ ਬਈ ਆਪਾਂ ਇਸ ਤਰ੍ਹਾਂ ਕਵਾਂਗੇ। ਠੀਕ ਹੈ ਠੀਕ ਹੈ। ਬਰਾਬਰੀ ਦਿੱਤੀ, ਬਰਾਬਰੀ ਦਿੱਤੀ ਆ ਮੁੰਡਾ ਨੂੰ, ਸਮਾਂ ਨਹੀਂ ਕਹਿ ਦੇਈਦਾ ਹਜੇ ਇਹਨਾਂ ਨੂੰ ਕਿਸੇ ਗੱਲ ਤੋਂ। ਹਰੇਕ ਸੌਂਗ ਪੂਰਾ ਕਰੀਦਾ ਇਹਨਾਂ ਦਾ। ਬੰਦਿਆਂ ਦੀਆਂ ਗੱਲਾਂ ਬਦਲ ਜਾਂਦੀਆਂ। ਹਾਂਜੀ, ਗੱਲਾਂ ਕਿੱਦਾਂ ਬਦਲ ਜਾਂਦੀਆਂ? ਪਹਿਲਾਂ ਜਿਹੜੇ ਰੋਕਦੇ ਆ ਉਹੀ ਬਾਅਦ ਵਿੱਚ ਕਾਮਯਾਬ, ਹੁਣ ਪਿੱਛੋਂ ਕਹਿੰਦੇ ਅਸੀਂ ਤਾਂ ਕਿਹਾ ਸੀ, ਹੈਨਾ? ਇਦਾਂ ਹੋਇਆ ਆਪਣੇ ਘਰ ਦੀ ਕਾਮਯਾਬੀ ਕੁੜੀਆਂ ਕਰਕੇ ਆ ਵੀਰੇ। ਠੀਕ ਹੈ ਠੀਕ। ਹਾਂਜੀ, ਜਦੋਂ ਨੇ ਇੰਨਾ ਜਨਮ ਲਿਆ ਆਪਣੇ ਘਰ ਦਾ ਸਾਰਾ ਕੁਛ ਬਦਲ ਗਿਆ, ਮਾਹੌਲ ਹੀ ਬਦਲ ਗਿਆ। ਠੀਕ ਹੈ ਠੀਕ। ਹਾਂਜੀ, ਬਹੁਤ ਵਧੀਆ ਲੱਗਦਾ ਜਦੋਂ ਏਦਾਂ ਦੇ ਆਪਣੇ ਸਮਾਜ ਵਿੱਚ ਏਦਾਂ ਦੀ ਸੋਚ ਰੱਖਣ ਵਾਲੇ ਜਿਹੜੇ ਹੈਗੇ ਬੈਠੇ ਆ, ਜਿਹਨਾਂ ਕਰਕੇ ਆਪਣਾ ਸਮਾਜ ਅੱਗੇ ਵੱਧ ਰਿਹਾ ਜੀ। ਤੇ ਰੋਬਿਨ ਤੁਹਾਨੂੰ ਸਵਾਲ ਆ ਕਿ ਦੇਖਭਾਲ ਦੀ ਗੱਲ ਕਰੀਏ, ਕਿਉਂਕਿ ਜੇ ਆਪਾਂ ਸ਼ੌਂਕ ਦੀ ਗੱਲ ਕਰਦੇ ਹਾਂ, ਸ਼ੌਂਕ ਵਿੱਚ ਮਿਹਨਤ ਵੀ ਲੱਗਦੀ ਹੈ। ਸ਼ੌਂਕ ਨੂੰ ਆਪਾਂ ਕਹਿ ਸਕਦੇ ਤੁਸੀਂ ਰਾਈਡਿੰਗ ਵਾਸਤੇ ਸ਼ੁਰੂ ਕੀਤਾ, ਤੇ ਦੇਖਭਾਲ ਦਾ ਨਾਲ ਨਾਲ ਸ਼ੌਂਕ ਫਿਰ ਕਿਵੇਂ ਪਿਆ? ਉਹ ਮਤਲਬ ਮੰਨ ਲਓ ਜਦੋਂ ਮੈਂ ਰਾਈਡਿੰਗ ਕਰ, ਜਦੋਂ ਆਪਾਂ ਘੋੜੀਆਂ ਲਿਆਉਣੀਆਂ ਸਟਾਰਟ ਕੀਤੀਆਂ, ਠੀਕ ਹੈ ਠੀਕ ਹੈ, ਤੇ ਮੈਂ ਰਾਈਡਿੰਗ ਕਰਦੀ ਸੀ, ਫਿਰ ਮੈਨੂੰ ਇੱਕ ਵਾਰ ਤਾਂ ਮੈਂ ਰਾਈਡਿੰਗ ਕਰਕੇ ਉੱਤਰ ਜਾਂਦੀ ਹੁੰਦੀ ਸੀ, ਮੈਂ ਉਸ ਤੋਂ ਬਾਅਦ ਜਦੋਂ ਸਟਾਰਟਿੰਗ ਹੋਈ ਸੀ ਨਾ, ਮੈਂ ਜ਼ਿਆਦਾ ਆਉਂਦੀ ਨਹੀਂ ਹੁੰਦੀ ਸੀ ਇੱਧਰ, ਮੈਨੂੰ ਆਏ ਹੁੰਦਾ ਸੀ ਬਸ ਮੈਂ ਰਾਈਡਿੰਗ ਕਰਾਂ ਹੋਰ ਕੁਛ ਨਹੀਂ। ਠੀਕ ਹੈ ਠੀਕ ਹੈ। ਫਿਰ ਹੌਲੀ ਹੌਲੀ ਮੈਨੂੰ ਮੇਰੇ ਪਾਪਾ ਨੇ ਫੋਰਸ ਕੀਤਾ, ਠੀਕ ਹੈ, ਮਤਲਬ ਮੇਰੇ ਪਾਪਾ ਨੇ ਕਿਹਾ ਮੈਨੂੰ ਵੀ ਰੋਬਿਨ ਤੂੰ ਜਾਇਆ ਕਰ, ਫਿਰ ਉਸ ਤੋਂ ਬਾਅਦ ਮੈਨੂੰ ਸ਼ੌਂਕ ਬਣ ਗਿਆ। ਠੀਕ ਹੈ ਠੀਕ ਹੈ ਠੀਕ ਹੈ। ਕਦੇ ਨਰਵਸ ਨਹੀਂ ਹੋਏ ਵੀ ਜਦੋਂ ਆਪਾਂ ਸਮਾਜ ਚ ਨਿਕਲਦੇ ਹਾਂ ਕੁਛ ਵੱਖਰਾ ਕਰ ਰਹੇ ਹਾਂ ਤੇ ਲੋਕ ਜਿਹੜੇ ਆ ਆਪਾਂ ਨੂੰ ਦੇਖਦੇ ਆ, ਉਦੋਂ ਕਿਤੇ ਨਾ ਕਿਤੇ ਕੁੜੀਆਂ ਦੀ ਆਪਾਂ ਗੱਲ ਕਰਦੇ ਆ ਨਰਵਸ ਹੋ ਜਾਂਦੇ ਆ, ਕਦੇ ਏਦਾਂ ਹੋਇਆ ਮਨ ਚ? ਨਹੀਂ ਅੱਜ ਤੱਕ ਤਾਂ ਨਹੀਂ ਹੋਇਆ। ਵੈਸੇ ਮੈਂ ਜਾਣੀ ਜ਼ਰੂਰ ਆ, ਮੈਂ ਪਿੰਡ ਚ ਘੋੜੀ ਜਾਂਦੀ ਆ, ਘੋੜੀ ਤੇ ਅਸੀਂ ਲੈ ਕੇ ਜਾਂਦੇ ਆ। ਠੀਕ ਆ। ਹਾਂ ਲੋਕ ਦੇਖਦੇ ਆ, ਬਾਕੀ ਉਹ ਤਾਂ ਜ਼ਿਆਦਾ ਦੇਖਦੇ ਆ ਕਿਉਂਕਿ ਵੀ ਕੁੜੀ ਬੈਠੀ ਹੋਈ ਆ ਘੋੜੀ ਤੇ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਆਪਾਂ ਡਿਫਰੈਂਟ ਕੰਮ ਕਰਦੇ ਆ, ਅੱਗੇ ਵੀ ਆਪਣੀ ਗੱਲ ਕਰਦੀ ਆ, ਸਮਾਜ ਬਹੁਤ ਘੱਟ ਆ ਜਿਹੜਾ ਐਕਸੈਪਟ ਕਰਦਾ। ਤੇ ਆਪਾਂ ਤੁਸੀਂ ਗੱਲ ਕੀਤੀ ਵੀ ਸਾਂਝਾ ਘੋੜਾ ਲਿਆ ਸੀ, ਘੋੜੀ ਲਈ ਸੀ ਸ਼ੁਰੂਆਤ ਦੇ ਵਿੱਚ, ਹਨਾ? ਉੱਥੋਂ ਲੈ ਕੇ ਅੱਜ ਆਪਣੇ ਕਿੰਨੇ ਜਾਨਵਰ ਹੈ ਜੀ? ਅੱਜ ਆਪਣੇ ਲਗਭਗ 9 ਤੋਂ 10 ਹੈਗੇ ਆ। 9 ਤੋਂ 10 ਹੀ? ਕਿਵੇਂ ਦਾ ਰਿਹਾ ਸਫ਼ਰ? ਸਫ਼ਰ ਬਹੁਤ ਵਧੀਆ ਰਿਹਾ। ਕੋਈ ਏਦਾਂ ਦੀ ਗੱਲ ਜਿਹੜੀ ਸ਼ੇਅਰ ਕਰਨਾ ਚਾਹੋ? ਹਾਂਜੀ, ਮੇਰੀ ਇੱਕ ਘੋੜੀ ਸੀਗੀ, ਮਤਲਬ ਬਸ਼ੇਰੀ ਸੀ, ਛੋਟੀ। ਠੀਕ ਹੈ। ਉਹ ਆਪਣੇ ਕੋਲ ਹੁਣ ਵੀ ਹੈਗੀ ਆ, ਉਹ ਛੋਟੀ ਜੀ ਸੀਗੀ, ਮੇਰੇ ਪਾਪਾ ਕਹਿੰਦੇ ਸੀ ਵੀ ਮੈਂ ਸੇਲ ਕਰਨਾ, ਮੇਰੀ ਨਾ ਛੋਟੀ ਹੁੰਦੀ ਤੋਂ ਉਹ ਨਾਲ ਇੰਨੀ ਅਟੈਚਮੈਂਟ ਹੋ ਗਈ ਸੀਗੀ। ਠੀਕ ਹੈ। ਮੈਂ ਪਾਪਾ ਨੂੰ ਕਿਹਾ ਸੀ, ਮੈਂ ਕਿਹਾ ਨਹੀਂ ਆਪਾਂ ਨਹੀਂ ਸੇਲ ਕਰਨੀ ਹੈ। ਠੀਕ ਹੈ। ਪਾਪਾ ਕਹਿੰਦੇ ਕੋਈ ਨੀ ਆਪਾਂ ਹੋਰ ਘੋੜੀ ਲਿਆਵਾਂਗੇ, ਤੈਨੂੰ ਰਾਈਡਿੰਗ ਵਾਲੀ ਘੋੜੀ ਲਿਆ ਦਾਂਗੇ। ਠੀਕ ਹੈ। ਤੇ ਆਪਾਂ ਵੀ ਆਵਲੀ ਬਸ਼ੇਰੀ ਸੇਲ ਕਰ ਦਈਏ। ਠੀਕ ਹੈ। ਤੇ ਉਹ ਆਪਣੇ ਕੋਲ ਬਸ਼ੇਰੀ ਹੁਣ ਵੀ ਹੈਗੀ ਆ, ਹੁਣ ਬਾਅਦ ਵਿੱਚ ਸੇਲ ਨਹੀਂ ਕੀਤੀ ਸੀਗੀ ਅਸੀਂ। ਠੀਕ ਹੈ ਠੀਕ ਹੈ। ਉਹ ਮੈਂ ਸੇਲ ਪਾਪਾ ਨੂੰ ਕਿਹਾ ਸੀ ਵੀ ਨਹੀਂ ਕਰਨੀ। ਠੀਕ ਹੈ ਠੀਕ ਹੈ। ਵਪਾਰ ਕੇ ਸ਼ੌਂਕ ਕਿੱਦਾਂ ਦੇਖਦੇ ਹੋ? ਆਪਾਂ ਵੇਖੀਏ ਨਾ, ਜਿਹੜਾ ਯੂਥ ਆ ਨਾ, ਹੁਣ ਸਬਰ ਨਹੀਂ ਰਹਿ ਗਿਆ, ਹਨਾ? ਵੀ ਐ ਕਹਿੰਦੇ ਆ ਵੀ 4 ਕੁ ਦਿਨ ਦਾ ਸ਼ੌਂਕ ਹੁੰਦਾ, ਘਰਦਿਆਂ ਨੇ ਕਦੀ ਕਿਹਾ ਵੀ ਇਹਦਾ 4 ਕੁ ਦਿਨ ਦਾ ਸ਼ੌਂਕ ਰਹੂਗਾ? ਬਾਕੀ ਘੋੜੀਆਂ ਦਾ ਸ਼ੌਂਕ ਵੀਰੇ ਖੂਨ ਚ ਹੀ ਹੁੰਦਾ ਇਹ, ਬਿਲਕੁਲ ਸ਼ੌਂਕ ਕਦੇ ਮਰਨ ਵਾਲਾ ਨਹੀਂ ਗਾ। ਹਾਂਜੀ ਹਾਂਜੀ ਹਾਂਜੀ। ਪਹਿਲਾਂ ਦਾਦੇ ਅਰਗ ਰੱਖਦੇ ਸੀ, ਪਾਪੇ ਅਰਗ ਰੱਖਦੇ ਸੀਗੇ, ਹੁਣ ਗਾ ਅਸੀਂ ਰੱਖਦੇ ਆ। ਠੀਕ ਹੈ ਠੀਕ ਹੈ ਠੀਕ ਹੈ। ਖੂਨ ਦਾ ਖਾਂਦਰ ਨਹੀਂ ਹੁੰਦਾ ਵੀਰੇ ਇਹ, ਬਿਲਕੁਲ ਬਿਲਕੁਲ, ਜਿੰਨੇ ਘੋੜੇ ਰੱਖੇ ਆ ਇਹ ਨੀ ਮਰਦਾ ਵੀਰੇ। ਹਾਂ, ਇਹ ਗਾੜੀ ਫਿਰ ਰੱਖੋ ਹੀ ਰੱਖੋ, ਜਾਂ ਬੱਚਿਆਂ ਨੂੰ ਸ਼ੌਂਕ ਆ। ਠੀਕ ਹੈ ਠੀਕ। ਹਾਂਜੀ। ਤੇ ਆਪਾਂ ਕਿਹੜੀ ਕਿਹੜੀ ਨਸਲ ਆ ਆਪਣੇ ਕੋਲ ਘੋੜਿਆਂ ਦੀ? ਤੇ ਆਪਣੇ ਕੋਲ ਨੁਕਰਾ ਤੇ ਮਾਰਵਾੜੀ ਦੋਨੋਂ। ਨੁਕਰਾ ਤੇ ਮਾਰਵਾੜੀ, ਖਾਸੀਅਤ ਦੀ ਗੱਲ ਕਰੀਏ ਦੋਵਾਂ ਦੀ?
ਮਤਲਬ ਜ਼ਿਆਦਾ ਤਾਂ ਇਹਨਾਂ ਦੀ ਕੈਰੈਕਟਰਿਸਟਿਕਸ ਹੁੰਦੀਆਂ ਜਿਹੜੀਆਂ ਮਤਲਬ ਇਹਨਾਂ ਦੇ ਕੰਨ ਹੁੰਦੇ ਆ, ਹਾਰਟ ਸ਼ੇਪ ਹੁੰਦੀ ਆ, ਕੁੰਡੇ ਬਣਦੀ ਆ। ਠੀਕ ਹੈ, ਇਹ ਆਪਾਂ ਮਾਰਵਾੜੀ ਦੀ ਗੱਲ ਕਰਦੇ ਆ। ਹਾਂਜੀ, ਮਾਰਵਾੜੀ ਦੀ। ਠੀਕ ਹੈ, ਤੇ ਉਹਨੇ ਮੱਥੇ ਤੇ ਬਲੇਜ਼ ਹੋ ਜਾਂਦਾ। ਠੀਕ ਹੈ, ਜਿਹੜੀ ਨੈਕ ਹੁੰਦੀ ਆ ਮਤਲਬ ਉਹਦੀ ਅੱਗੋਂ ਪਤਲੀ ਹੋਣੀ ਚਾਹੀਦੀ ਆ, ਪਿੱਛੋਂ ਥੋੜੀ ਜਿਹੀ ਬ੍ਰੌਡ ਹੋਣੀ ਚਾਹੀਦੀ ਆ। ਠੀਕ ਹੈ, ਠੀਕ ਹੈ, ਛਾਤੀ ਵੀ ਬ੍ਰੌਡ ਹੋਣੀ ਚਾਹੀਦੀ ਆ, ਤੇ ਬਾਕੀ ਹੋਰ ਵੀ ਛੋਟੀਆਂ ਛੋਟੀਆਂ ਕੈਰੈਕਟਰਿਸਟਿਕਸ ਹੁੰਦੀਆਂ। ਠੀਕ ਹੈ, ਠੀਕ ਹੈ। ਹਾਂਜੀ, ਤੇ ਨੁਕਰੇ ਘੋੜੇ ਚ ਜ਼ਿਆਦਾ ਮਤਲਬ ਜ਼ਿਆਦਾਤਰ ਜਿਹੜੀ ਦੇਖੀ ਜਾਣ ਵਾਲੀ ਉਹ ਪਿੰਕਨੈਸ ਹੀ ਹੈ, ਪਿੰਕਨੈਸ ਹੀ ਹੋਵੇ ਜਿਹੜਾ ਕਲਰ ਆ। ਹਾਂਜੀ, ਜਿਹੜਾ ਵਾਈਟ ਵਿੱਚ ਜਿਹੜਾ ਪਿੰਕ ਭਾ ਮਾਰਦਾ ਇਹਦੀ ਪਛਾਣ ਆ। ਤੇ ਜੇ ਇਹਨਾਂ ਦੇ ਸੁਭਾਅ ਦੀ ਗੱਲ ਕਰੀਏ, ਕਿਹਦਾ ਸੁਭਾਅ ਚੰਗਾ ਲੱਗਦਾ, ਨੁਕਰਾ ਕੇ ਮਾਰਵਾੜੀ? ਮੈਨੂੰ ਤਾਂ ਦੋਨਾਂ ਦਾ ਸੁਭਾਅ ਵਧੀਆ ਲੱਗਦਾ, ਬਾਕੀ ਨੁਕਰਾ ਜਿਹੜਾ ਘੋੜਾ ਹੁੰਦਾ ਉਹ ਜ਼ਿਆਦਾ ਅਗਰੈਸਿਵ ਹੁੰਦਾ। ਠੀਕ ਹੈ, ਹਾਂਜੀ, ਸੰਭਾਲਣਾ ਔਖਾ ਹੈ? ਹਾਂਜੀ, ਨਹੀਂ ਮਤਲਬ ਠੀਕ ਹੈ, ਮਤਲਬ ਮਾਰਵਾੜੀ ਨਾਲੋਂ ਥੋੜਾ ਜਿਹਾ ਔਖਾ ਸੰਭਾਲਣਾ, ਉਹਦੇ ਵਿੱਚ ਜ਼ਿਆਦਾ ਅਗਰੈਸਿਵਨੈਸ ਹੁੰਦੀ ਹੈ। ਠੀਕ ਹੈ, ਠੀਕ ਹੈ। ਕਦੀ ਨਿਕਲੇ ਘੋੜੇ ਤੇ ਸਟਾਰਟਿੰਗ ਕੀਤਾ, ਕਦੇ ਡਿੱਗੇ ਵੀ ਇਸਨੇ? ਹਾਂਜੀ, ਇੱਕ ਵਾਰੀ। ਠੀਕ ਹੈ, ਠੀਕ ਹੈ। ਬੰਦਾ ਡਿੱਗ ਡਿੱਗੀ ਆਪਾਂ ਕਹਿ ਸਕਦੇ ਹਾਂ ਸਵਾਰ ਹੁੰਦਾ, ਹਨਾ। ਤੇ ਆਪਾਂ ਫੇਰ ਆਪਾਂ ਉਤਾਰ ਚੜਾਵ ਦੀ ਗੱਲ ਕਰਦੇ ਹਾਂ, ਲੋਕਾਂ ਦੀ ਗੱਲ ਕਰਦੇ ਹਾਂ, ਵੀ ਕਦੀ ਕਦੀ ਮਨ ਵਿੱਚ ਨੈਗੇਟਿਵ ਖਿਆਲ ਆਇਆ ਵੀ ਏਦਾਂ ਵੀ ਇਹ ਹਾਰਸ ਰਾਈਡਿੰਗ ਨੂੰ ਲੈ ਕੇ? ਮੈਂ ਜਦੋਂ ਸਟਾਰਟਿੰਗ ਕੀਤੀ ਸੀਗੀ, ਮਤਲਬ ਅਸੀਂ ਪੇਜ ਦੀ ਸਟਾਰਟਿੰਗ ਨਹੀਂ ਕੀਤੀ ਸੀ ਅਜੇ। ਠੀਕ ਹੈ, ਮੇਰੇ ਪਾਪਾ ਨੇ ਉਦੋਂ ਪਹਿਲਾਂ ਮੈਂ ਰਾਈਡਿੰਗ 'ਚ ਜਾਂਦੇ ਹੁੰਦੇ ਸੀ, ਮੈਨੂੰ ਆਏ ਸੀ ਬਈ ਜਦੋਂ ਮੈਨੂੰ ਲੋਕ ਦੇਖਣਗੇ ਉਹ ਕੀ ਕਰਨ ਕੀ ਕਹਿਣਗੇ, ਮਤਲਬ ਉਹਨਾਂ ਦੇ ਕਮੈਂਟਸ ਕੀ ਹੋਣਗੇ। ਠੀਕ ਹੈ, ਠੀਕ ਹੈ। ਫਿਰ ਮੈਂ ਪਾਪਾ ਨਾਲ ਗੱਲ ਕੀਤੀ ਤੇ ਪਾਪਾ ਕਹਿੰਦੇ ਨਹੀਂ ਕੁਛ ਨਹੀਂ ਹੁੰਦਾ, ਬਈ ਕੁਛ ਨਹੀਂ ਹੁੰਦਾ, ਤੂੰ ਸਟਾਰਟਿੰਗ ਕਰ। ਠੀਕ ਹੈ, ਠੀਕ ਹੈ ਜੀ। ਉਦੋਂ ਬਾਅਦ ਹੁਣ ਤੁਹਾਨੂੰ ਪਤਾ ਹੀ ਹੈ ਵਧੀਆ ਚੱਲ ਰਿਹਾ। ਬਿਲਕੁਲ ਜੀ, ਬਿਲਕੁਲ। ਤੇ ਆਪਾਂ ਇਹਨਾਂ ਦੀ ਦੇਖਭਾਲ ਦੀ ਗੱਲ ਕਰੀਏ, ਸਕੂਲ ਵੀ ਜਾਂਦੇ ਹੋ, ਦੇਖਭਾਲ ਵੀ ਕਰਦੇ ਆ, ਕਿੱਦਾਂ ਮੈਨੇਜ ਕਰਦੇ? ਖੁਰਾਕ ਦੀ ਗੱਲ ਕਰੀਏ, ਮੈਂ ਆਮ ਤੌਰ ਤੇ ਵੀਡੀਓ ਤੁਹਾਡੀਆਂ ਵੇਖੀਆਂ ਵਾ, ਤੁਸੀਂ ਇਹਨਾਂ ਦਾ ਖੁਰਾਕ ਦਾ ਸਾਰਾ ਤੁਸੀਂ ਮੇਰੇ ਹਿਸਾਬ ਨਾਲ ਦੇਖਦੇ ਹੋ, ਹਨਾ। ਤੇ ਕੀ ਜਿਹੜੀ ਇਹਨਾਂ ਦੀ ਖੁਰਾਕ ਹੈ ਸਪੈਸ਼ਲ, ਜੇ ਆਪਾਂ ਸਰਦੀਆਂ ਤੇ ਗਰਮੀਆਂ ਦੋਵਾਂ ਨੂੰ ਅੱਡ ਅੱਡ ਕਰੀਏ? ਮਤਲਬ ਗਰਮੀਆਂ ਦੇ ਵਿੱਚ ਤਾਂ ਆਪਾਂ ਵੈਸੇ ਜਿਹੜੀ ਰੈਗੂਲਰ ਡਾਈਟ ਹੁੰਦੀ ਆਪਣੀ ਉਹੀ ਦੇ ਦਿੰਦੇ ਆ। ਠੀਕ ਹੈ, ਤੇ ਸਰਦੀਆਂ 'ਚ ਆਪਾਂ ਉਹੀ ਡਾਈਟ ਬੋਇਲ ਕਰਕੇ ਰਾਤ ਨੂੰ ਬੋਇਲ ਕਰਕੇ ਰੱਖ ਦਿੰਦੇ ਆ, ਤੇ ਸੁਬਹ ਆਪਾਂ ਬੋਇਲ ਕੀਤੀ ਹੋਈ ਡਾਈਟ ਦਿੰਦੇ ਆ ਉਹਨਾਂ ਨੂੰ। ਮਤਲਬ ਡਾਈਟ ਦੇ ਵਿੱਚ ਕੀ ਕੁਛ ਹੁੰਦਾ? ਮਤਲਬ ਆਪਣੇ ਜੌਂ ਹੋ ਗਏ, ਬਾਜਰਾ ਹੋ ਗਿਆ, ਬਾਕੀ ਜਿਹੜੀ ਆਪਣੀ ਘਰ ਦੀ ਖੁਰਾਕ ਹੁੰਦੀ ਆ। ਠੀਕ ਹੈ, ਠੀਕ ਹੈ। ਤੇ ਚੋਕਰ, ਠੀਕ ਹੈ, ਮੂੰਗਫਲੀ ਦਾ ਨੀਰਾ। ਠੀਕ ਹੈ, ਠੀਕ ਹੈ। ਤੇ ਜੇ ਆਪਾਂ ਬਾਲੇ ਫਾਰਮਰਾਂ ਦੀ ਗੱਲ ਕਰੀਏ, ਬਾਲੇ ਫਾਰਮਰ ਨਾ ਕੰਪਨੀਆਂ ਤੇ ਬਹੁਤ ਟੁੱਕਦੇ ਆ, ਕੰਪਨੀਆਂ ਦੇ ਪ੍ਰੋਡਕਟਾਂ ਤੇ ਬਹੁਤ ਟੁੱਕਦੇ ਆ, ਹਨਾ। ਤੇ ਤੁਸੀਂ, ਮੈਂ ਦੇਖਿਆ ਵੀ ਦੇਸੀ ਚੀਜ਼ਾਂ ਬਹੁਤ ਯੂਜ਼ ਕਰਦੇ ਹੋ, ਉਹਦੇ ਦੇਸੀ ਫਾਰਮੂਲੇ, ਹਨਾ। ਕਿਹੜੇ ਕਿਹੜੇ ਫਾਰਮੂਲੇ ਆ ਜਿਹੜੇ ਕਿਹੜੀ ਕਿਹੜੀ ਬਿਮਾਰੀਆਂ ਤੇ ਤੁਸੀਂ ਯੂਜ਼ ਕਰਦੇ ਆ, ਜਿਹੜੇ ਦਰਸ਼ਕ ਸੁਣਨਾ ਚਾਹਣਗੇ? ਆਪਾਂ ਜਿਹੜੇ ਕਿ ਅਲਸੀ ਦਾ ਤੇਲ ਹੁੰਦਾ ਆਪਣਾ, ਠੀਕ ਹੈ, ਹਾਂਜੀ, ਉਹਦੇ ਵਿੱਚ ਨਾ ਦੇਗ ਤਿਆਰ ਕਰਕੇ ਸ਼ਾਮ ਦੇ ਟਾਈਮ, ਠੀਕ ਹੈ, ਦੇਗ ਤਿਆਰ ਕਰਕੇ ਉਹਨੂੰ ਚੋਕਰ 'ਚ ਮਿਕਸ ਕਰਕੇ ਜਿਹੜੀਆਂ ਘੋੜੀਆਂ ਹੁੰਦੀਆਂ ਆਪਣੀਆਂ ਸੂਣ ਵਾਲੀਆਂ, ਠੀਕ ਹੈ, ਠੀਕ ਹੈ, ਉਹਨਾਂ ਨੂੰ ਦਿੰਦੇ ਹੁੰਦੇ ਆ। ਠੀਕ ਹੈ, ਠੀਕ ਹੈ। ਉਦੋਂ ਬਾਅਦ ਉਹਨਾਂ ਨੂੰ ਪਾਣੀ ਨਹੀਂ ਪਿਲਾਉਂਦੇ ਤਾਂ ਕਿ ਉਹਨਾਂ ਨੂੰ ਡਾਈਜੈਸਟ ਹੋ ਸਕੇ ਉਦੋਂ ਬਾਅਦ। ਪਹਿਲਾਂ ਜਿਹੜੀ ਆਪਾਂ ਰੈਗੂਲਰ ਡਾਈਟ ਦਿੰਦੇ ਆ ਉਹ ਵਾਲੀ ਦੇ ਕੇ ਫਿਰ ਲਾਸਟ 'ਚ ਉਹ ਵਾਲੇ ਦਿੰਦੇ, ਬਾਕੀ ਆਪਣਾ ਜਿਹੜਾ ਵਛੇਰਾ ਹੈਗਾ ਉਹਨੂੰ ਆਪਾਂ ਮੁਰੱਬਾ ਦਿੰਦੇ ਹੁੰਦੇ ਆ। ਠੀਕ ਹੈ, ਉਹਦੇ ਵਿੱਚ ਜਿਹੜਾ ਬਦਾਮ ਪਾ ਕੇ ਮੁਰੱਬੇ ਦੇ ਵਿੱਚ ਉਹ ਦੇ ਦਿੰਦੇ ਆ। ਠੀਕ ਹੈ, ਠੀਕ ਹੈ। ਤੇ ਆਪਾਂ ਅਟੈਚਮੈਂਟ ਘੋੜੇ ਦੇ ਨਾਲ ਕਿੱਦਾਂ ਡਿਸਕ੍ਰਾਈਬ ਕਰੋਗੇ, ਰਿਸ਼ਤਾ ਕੀ ਆ ਮਾਲਕ ਤੇ ਘੋੜੇ ਦਾ? ਅਟੈਚਮੈਂਟ ਆਪਣੀ ਸ਼ੁਰੂ ਤੋਂ ਹੀ ਹੁੰਦੀ ਹੈ, ਮਤਲਬ ਆਪਾਂ ਜਦੋਂ ਘੋੜੀ ਤੇ, ਮੈਂ ਕਈ ਵਾਰ ਸੁਣਿਆ ਵੀ ਹੈ ਤੇ ਮੈਂ ਮਹਿਸੂਸ ਵੀ ਕੀਤਾ ਵੀ ਜਦੋਂ ਆਪਾਂ ਘੋੜੀ ਦੇ ਉੱਪਰ ਰਾਈਡਿੰਗ ਕਰਨ ਨੂੰ ਬੈਠਦੇ ਆ ਨਾ, ਹਾਂਜੀ ਹਾਂਜੀ, ਉਹਦਾ ਜਿਹੜਾ ਆਪਣਾ ਮਾਈਂਡ ਹੈ ਨਾ ਉਹ ਘੋੜਾ ਪੜ ਲੈਂਦਾ। ਬਿਲਕੁਲ ਬਿਲਕੁਲ। ਜੇ ਆਪਾਂ ਮੰਨ ਲਓ ਆਪਾਂ ਘੋੜੇ ਤੇ ਬਹਿ ਕੇ ਡਰਾਂਗੇ, ਠੀਕ ਹੈ, ਹਨਾ, ਫਿਰ ਉਹ ਘੋੜਾ ਆਪਾਂ ਨੂੰ ਹੋਰ ਕੋਸ਼ਿਸ਼ ਕਰੂਗਾ ਕਿ ਮੈਂ ਇਹਨੂੰ ਡਰਾਵਾਂ।
ਠੀਕ ਆ, ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਆਪਣੀ ਫੀਲਿੰਗਸ ਨੂੰ ਜਿਹੜਾ ਘੋੜਾ ਹੈ ਰੀਡ ਕਰਦਾ ਵਾ ਤੇ ਉਸੇ ਹਿਸਾਬ ਨਾਲ ਗਾੜੀ ਪ੍ਰੈਜੈਂਟ ਕਰਦਾ। ਜੇ ਮੰਨ ਲਓ ਜੇ ਆਪਾਂ ਕੌਨਫੀਡੈਂਟ ਆ ਘੋੜੇ ਤੇ ਬਹਿ ਕੇ ਆਪਾਂ ਨੂੰ ਘੋੜਾ ਬਹੁਤ ਵਧੀਆ ਰਾਈਡਿੰਗ ਕਰਵਾਊਗਾ। ਠੀਕ ਹੈ ਠੀਕ ਹੈ, ਹਾਂਜੀ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਨਹੀਂ ਆਹ ਵਾਲੇ ਘੋੜੇ ਤੇ ਮੈਂ ਨਹੀਂ ਚੜਨਾ, ਇਹ ਖਰਾਬ ਕਰਦਾ। ਠੀਕ ਹੈ, ਇਹ ਘੋੜੇ ਦੀ ਕੋਈ ਗਲਤੀ ਨਹੀਂ ਹੁੰਦੀ, ਇਹ ਬੰਦੇ ਦੇ ਸਿਰ ਤੇ ਹੁੰਦਾ ਵੀ ਉਹ ਰਾਈਡ ਕਿਵੇਂ ਕਰ ਰਿਹਾ ਤੇ ਕਿਵੇਂ ਨਹੀਂ। ਠੀਕ ਹੈ ਠੀਕ ਹੈ, ਤੇ ਆਪਾਂ ਰਾਈਡਿੰਗ ਦੀ ਕੋਈ ਖਾਸ ਗੱਲ ਕੋਈ ਸ਼ੇਅਰ ਕਰਨਾ ਚਾਹੋ, ਕਿੱਦਾਂ ਦਾ ਫੀਲ ਆਉਂਦਾ ਜਦੋਂ ਘੋੜੇ ਤੇ ਬਹਿ ਕੇ ਜਦੋਂ ਨਿਕਲਦੇ ਹੋ ਪਿੰਡ ਦਾ ਗੇੜਾ ਕੱਢਦੇ? ਤੁਸੀਂ ਕਿਹਾ ਵੀ ਮੇਰੀ ਸ਼ੁਰੂਆਤ ਜਿਹੜੀ ਹੋਈ ਆ ਇਦਾਂ ਹੋਈ ਕਿ ਵੀ ਘੋੜੇ ਤੇ ਬਹਿ ਕੇ ਜਿਹੜਾ ਮੇਰਾ ਸ਼ੌਂਕ ਸੀਗਾ ਪਿੰਡ ਦਾ ਗੇੜਾ ਕੱਢਣ ਦਾ, ਜਿਹੜਾ ਉਹ ਫੀਲ ਹੁੰਦਾ ਨਾ ਜਦੋਂ ਆਪਾਂ ਸ਼ੌਂਕ ਪੂਰਾ ਕਰਦੇ ਉਹ ਡਿਫਰੈਂਟ ਹੁੰਦਾ। ਹਾਂਜੀ, ਹੁਣ ਆਪਾਂ ਕਾਰ ਤੇ ਬਹਿ ਜਾਈਏ, ਮੋਟਰਸਾਈਕਲ ਤੇ ਜਾਈਏ, ਆਪਾਂ ਨੂੰ ਕਿਉਂਕਿ ਉਹ ਹੁਣ ਅੱਜ ਕੱਲ ਆਮ ਗੱਲ ਹੋ ਗਈ। ਬਿਲਕੁਲ ਬਿਲਕੁਲ, ਮਤਲਬ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀ ਸੀਗੀ ਕਾਰ ਲਗਜ਼ਰੀ ਸੀ, ਘੋੜਾ ਕਾਮਨ ਸੀ। ਉਹਨਾਂ ਵਾਲੇ ਟਾਈਮ ਦੇ ਵਿੱਚ ਜਿਹੜਾ ਕਾਰ ਹੈਗੀ ਆ ਉਹ ਕਾਮਨ ਹੈ ਤੇ ਘੋੜਾ ਲਗਜ਼ਰੀ ਹੈ। ਘੋੜਾ, ਬਿਲਕੁਲ ਜੀ ਬਿਲਕੁਲ, ਆਪਾਂ ਗੱਲ ਕਰੀਏ ਘੋੜੇ ਦੀ ਤਾਂ ਘੋੜਾ ਲਗਜ਼ਰੀ ਆ, ਤੇ ਆਪਾਂ ਗੱਲ ਕਰਦੇ ਆ ਮਾਰਵਾੜੀ ਦੀ। ਮਾਰਵਾੜੀ ਵਿੱਚ ਆਪਣੇ ਕੋਲ ਕਿਹੜੇ ਕਿਹੜੇ ਘੋੜੇ ਆ ਤੇ ਕਿਹੜੀ ਲਾਈਨ ਦੇ ਆ? ਮਾਰਵਾੜੀ ਵਿੱਚ ਆਪਣੇ ਕੋਲ ਇੱਕ ਵਸ਼ੇਰੀ ਹੈਗੀ ਫੁੱਲ ਮਾਲ ਲਾਈਨ ਦੀ। ਠੀਕ ਆ, ਹਾਂਜੀ 62+ ਹਾਈਟ ਹੈਗੀ ਆ। ਠੀਕ ਆ, ਹਾਂਜੀ, ਬਾਕੀ ਆਪਣੇ ਕੋਲ ਇੱਕ ਦੋ ਘੋੜੀਆਂ ਹੋਰ ਹੈਗੀਆਂ, ਇੱਕ ਮੀਨਾਕਸ਼ੀ ਹੈ ਅਨਨ ਲਾਈਨ ਦੀ ਜਿੱਥੇ ਮੈਂ ਰਾਈਡਿੰਗ ਸਟਾਰਟ ਕੀਤੀ ਸੀ। ਠੀਕ ਆ ਠੀਕ ਆ, ਤੇ ਗਾੜੀ ਕਿੱਦਾਂ ਦੇਖਦੇ ਹੋ ਆਪਾਂ ਕਹਿ ਸਕਦੇ ਆ ਅੱਗੇ ਜੇ ਆਪਾਂ ਸੋਚਿਆ ਹੋਵੇ ਘੋੜਿਆਂ ਦੇ ਵਿੱਚ? ਘੋੜਿਆਂ ਦੇ ਵਿੱਚ ਮਤਲਬ ਹੁਣ ਤਾਂ ਮੈਂ ਜਿਹੜੀ ਆਪਦੀ ਲਾਈਫ ਆ ਦੇ ਘੋੜਿਆਂ ਤੋਂ ਮੈਂ ਐਕਸਪੈਕਟ ਹੀ ਨਹੀਂ ਕਰ ਸਕਦੀ, ਹੁਣ ਆਪਣੀ ਹੌਬੀ ਨਹੀਂ ਇਹ, ਪੈਸ਼ਨ ਹੀ ਬਣ ਚੁੱਕਾ। ਠੀਕ ਆ, ਵੀ ਇਹ ਰੱਖਣਾ ਹੀ ਰੱਖਣਾ, ਕੁੜੀਆਂ ਵਾਂਗੂ ਬਾਹਰ ਦਾ ਨਹੀਂ ਸੋਚ? ਨਹੀਂ, ਵੀ ਹੁੰਦਾ ਹੀ ਆ ਮਨ ਦੇ ਵਿੱਚ ਵੀ ਬਾਹਰ ਜਾਣਾ, ਏਦਾਂ ਨਹੀਂ ਸੋਚਿਆ? ਨਹੀਂ, ਉਹ ਮੈਨੂੰ ਸ਼ੁਰੂ ਤੋਂ ਹੀ ਹੈ ਨਹੀਂ ਸੀਗਾ। ਠੀਕ ਆ ਠੀਕ ਆ, ਹਮੇਸ਼ਾ ਵੀ ਆਪਾਂ ਜਿਵੇਂ ਬਾਈ ਨੇ ਗੱਲ ਕੀਤੀ ਅੱਗੇ ਵੀ ਜਿਹਦੇ ਖੂਨ ਚ ਘੋੜਾ ਆ ਉਹ ਗਾੜੀ ਰਹੂਗਾ ਹੀ ਰਹੂਗਾ ਉਹ ਸ਼ੌਂਕ ਗਾੜੀ। ਮੈਂ ਜੋ ਘੋੜੇ ਦੇ ਸ਼ੌਂਕ ਤੋਂ ਪਹਿਲਾਂ ਵੀ ਮੇਰੇ ਦਿਮਾਗ ਚ ਹੈ ਨਹੀਂ ਸੀਗਾ ਬਾਹਰ ਜਾਣਾ, ਮੈਂ ਕਿਹਾ ਬਈ ਨਹੀਂ ਜਾਣਾ ਪ੍ਰੈਕਟਿਸ ਕਰਨਾ। ਠੀਕ ਆ ਠੀਕ ਆ, ਤੇ ਨੁਕਰੇ ਦੀ ਗੱਲ ਕਰੀਏ, ਨੁਕਰੇ ਚ ਆਪਣੇ ਦੇ ਵਿੱਚ ਮੈਂ ਤੁਹਾਨੂੰ ਦੱਸ ਕੇ ਦਈ ਜਿਹੜੀ ਮੈਂ ਘੋੜੀ ਮਸ਼ੀਰੀ ਆਪ ਤੇ ਨਹੀਂ ਸੇਲ ਕਰਨ ਦਿੱਤੀ ਸੀ। ਠੀਕ ਆ, ਇੱਕ ਤਾਂ ਆਪਣੇ ਕੋਲ ਜੋਤੀ ਹੈਗੀ ਆ। ਠੀਕ ਆ, ਉਹਦੀ ਲਾਈਨ ਕਿਹੜੀ? ਸਾਹੂ ਕਾਲੇ ਘੋੜੇ ਦੀ ਹੈ ਵੀਰੇ। ਠੀਕ ਆ ਠੀਕ ਆ, ਹਾਂਜੀ, ਇੱਕ ਆਪਣੇ ਕੋਲੇ ਸੱਗੂ ਦੀ ਘੋੜੀ ਆ, ਵੱਡੀ ਘੋੜੀ ਜਿਹੜੀ ਗੁੜੀਆਂ ਨੇ ਰੈਡ ਕੀਤੀ ਸੀ। ਠੀਕ ਆ ਠੀਕ ਆ, ਹਾਂਜੀ, ਬਹੁਤੀਆਂ ਕੁੜੀਆਂ ਨੂੰ ਸਾਥ ਨਹੀਂ ਮਿਲਦਾ। ਠੀਕ ਆ, ਉਹ ਆ ਕੇ ਬਹੁਤੀਆਂ ਕੁੜੀਆਂ ਦਾ ਡ੍ਰੀਮ ਹੋਊਗਾ, ਜਾਂ ਆਪਾਂ ਕਹਿ ਸਕਦੇ ਅਸੀਂ ਪੇਜ ਚਲਾਇਆ ਇੰਸਟਾ ਤੇ ਤੁਹਾਨੂੰ ਜਾਣਦੇ ਆ ਬਹੁਤ ਲੋਕ, ਹਨਾ, ਬਹੁਤੀਆਂ ਕੁੜੀਆਂ ਦਾ ਡ੍ਰੀਮ ਹੋਊਗਾ ਵੀ ਅਸੀਂ ਏਦਾਂ ਦੀ ਲਾਈਫ ਅਸੀਂ ਜਿਹੜੀ ਆ ਵੀ ਚਾਹੁੰਦੀ ਹਾਂ ਵੀ ਸਾਡੇ ਪੇਰੈਂਟਸ ਵੀ ਜਿਵੇਂ ਤੁਹਾਡੇ ਪੇਰੈਂਟਸ ਸਾਥ ਦਿੰਦੇ ਆ ਵੀ ਸਾਡੇ ਪੇਰੈਂਟਸ ਵੀ ਸਾਥ ਦੇਣ, ਕਦੀ ਸ਼ੇਅਰ ਕਰਦੀਆਂ ਗੱਲਾਂ? ਨਹੀਂ, ਅੱਜ ਤੱਕ ਤਾਂ ਕਿਸੇ ਨੇ ਸ਼ੇਅਰ ਨਹੀਂ ਕੀਤੀ। ਠੀਕ ਹੈ, ਤੇ ਬਾਕੀ ਜੇ ਕੋਈ ਸ਼ੇਅਰ ਵੀ ਕਰਨਾ ਚਾਹੂਗਾ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਉਹਦੇ ਪੇਰੈਂਟਸ ਨੂੰ ਉਹਨਾਂ ਨੇ ਸਾਥ ਦੇਣਾ ਚਾਹੀਦਾ। ਜ਼ਰੂਰੀ ਨਹੀਂ ਵੀ ਜੇ ਬੱਚੇ ਦਾ ਇੰਟਰਸਟ ਸਟੱਡੀ ਦੇ ਵਿੱਚ ਹੈ ਨਹੀਂ ਗਾ ਤੇ ਫਿਰ ਵੀ ਤੁਸੀਂ ਉਹਨੂੰ ਫੋਰਸ ਕਰਕੇ ਸਟੱਡੀ ਕਰਵਾਓ, ਬੱਚੇ ਨੂੰ ਆਪਣੇ ਪੈਸ਼ਨ ਦੇ ਵੱਲ ਵੀ ਧਿਆਨ ਦੇਣਾ ਚਾਹੀਦਾ। ਬਿਲਕੁਲ, ਤੁਹਾਨੂੰ ਕੀ ਲੱਗਦਾ ਵੀ ਪੇਰੈਂਟਸ ਸਾਥ ਕਿਉਂ ਨਹੀਂ ਦਿੰਦੇ ਜੇ ਆਪਾਂ ਮਾਹੌਲ ਦੀ ਗੱਲ ਕਰੀਏ? ਸਾਰੇ ਨਾਲੋਂ ਵੱਡਾ ਕਾਰਨ ਤਾਂ ਆਪਣਾ ਟਰਸਟ ਹੀ ਹੈ। ਠੀਕ ਹੈ, ਮਤਲਬ ਹੁਣ ਘਰਦਿਆਂ ਨੇ ਜੇ ਕਿਸੇ ਤੇ ਟਰਸਟ ਕੀਤਾ ਤਾਂ ਉਹ ਗਾਂ ਜਾ ਕੇ ਕੁੜੀਆਂ ਨੂੰ ਟਰਸਟ ਨਹੀਂ ਤੋੜਨਾ ਚਾਹੀਦਾ। ਠੀਕ ਹੈ, ਹਾਂਜੀ, ਉਹ ਟਰਸਟ ਬਣਾਏ ਰੱਖਣਾ ਚਾਹੀਦਾ ਕਿਉਂਕਿ ਜੇ ਇੱਕ ਜਾਂ ਦੋ ਕੁੜੀ ਵੀ ਟਰਸਟ ਤੋੜੂਗੀ ਫਿਰ ਉਹ ਦੂਜੀਆਂ ਜਿਹੜੀਆਂ ਕੁੜੀਆਂ ਟਰਸਟ ਬਣਾਉਣ ਵਾਲੀਆਂ ਹੁੰਦੀਆਂ ਉਹਨਾਂ ਨੂੰ ਵੀ ਪਿੱਛੇ ਰੱਖਿਆ ਜਾਂਦਾ। ਬਿਲਕੁਲ ਜੀ ਬਿਲਕੁਲ, ਤੇ ਬਈ ਤੁਹਾਨੂੰ ਸਵਾਲ ਆ ਵੀ ਤੁਸੀਂ ਨਿਕਲਦੇ ਹੋ ਹਨਾ, ਹੁਣ ਅੱਜ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਕਦੇ ਏਦਾਂ ਵੀ ਜਦੋਂ ਲੋਕ ਆ ਕੇ ਕਹਿੰਦੇ ਆ ਵੀ ਹਾਂ ਵੀ ਸਾਡੀ ਵੀ ਜਿਹੜੀ ਧੀ ਆ ਵੀ ਰੋਬਿਨ ਵਰਗੀ ਹੋਵੇ, ਕਿੱਦਾਂ ਦੀ ਫੀਲਿੰਗ ਹੁੰਦੀ ਹੈ? ਕਿਉਂਕਿ ਉਹ ਇਹੋ ਜਿਹੀ ਫੀਲਿੰਗਾਂ ਜਿਹੜੀਆਂ ਹੁੰਦੀਆਂ ਸਭ ਤੋਂ ਵਧੀਆ ਹੁੰਦੀ, ਬਹੁਤ ਵਧੀਆ ਫੀਲ ਹੁੰਦਾ ਵੀਰੇ। ਹਾਂਜੀ, ਜਦੋਂ ਕਿਤੇ ਵੀ ਜਾਂਦੇ ਆ, ਹਾਂਜੀ, ਰੋਬਿਨ ਦੇ ਕਰਕੇ ਜਾਣਿਆ ਜਾਂਦਾ। ਬਿਲਕੁਲ ਜੀ ਬਿਲਕੁਲ, ਜਿਵੇਂ ਅਸੀਂ ਅੰਮ੍ਰਿਤਸਰ ਗਏ ਸੀ ਉੱਥੇ ਵੀ ਜਾਂਦੇ ਆ, ਕਿਤੇ ਮੈਰਿਜ ਤੇ ਇਕੱਠੇ ਹੁੰਦੇ ਆ ਉੱਥੇ ਵੀ ਰੋਬਿਨ ਨੂੰ ਸਾਰੇ ਜਾਂਦੇ। ਜਦੋਂ ਅਨਨਾਊਨ ਬੰਦਾ ਆ ਕੇ ਬੁਲਾਉਂਦਾ ਤੁਹਾਨੂੰ
ਹਾਂਜੀ ਤੇ ਉਦੋਂ ਦੀ ਫੀਲਿੰਗ ਕੀ ਹੁੰਦੀ ਆ ਉਹ ਪੁੱਛਦੇ ਵੀ ਤੁਸੀਂ ਕੀ ਕਰੋ ਮੰਨੇ ਜਾ ਤੇ ਬਹੁਤ ਵਧੀਆ ਫੀਲ ਹੁੰਦਾ ਉਦੋਂ ਠੀਕ ਹੈ ਠੀਕ ਹੈ ਸਾਡੀ ਗੁੜੀਆ ਕਰਕੇ ਸਾਰੇ ਵਧੀਆ ਪਹਿਚਾਣ ਬਣੀ ਹੈ ਤੇ ਕਦੇ ਮਨ ਵਿੱਚ ਐ ਹੋਮਾ ਨਹੀਂ ਆਇਆ ਹੰਕਾਰ ਨਹੀਂ ਆਇਆ ਵੀ ਅਸੀਂ ਨਹੀਂ ਵੀਰੇ ਹੰਕਾਰ ਕਰੇ ਆਮ ਜੀ ਗੱਲ ਆ ਮੈਂ ਹਰ ਵਾਰ ਸਵਾਲ ਪੁੱਛਦਾ ਹੁੰਦਾ ਹਾਂਜੀ ਤੇ ਉਹ ਪੁੱਛਣਾ ਬਣਦਾ ਵੀ ਹੈ ਘੋੜੇ ਵਾਲੇ ਨੂੰ ਇੱਕ ਜਦੋਂ ਘੋੜਾ ਰਾਈਡ ਕਰਦੇ ਆ ਨਾ ਆਪਾਂ ਘੋੜੇ ਤੇ ਘੋੜੇ ਵਾਲਾ ਸਮਝ ਸਕਦਾ ਵੀ ਉਹਦੀ ਫੀਲਿੰਗ ਕੀ ਹੈ ਲੋਕ ਉਹਨਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਫੁਕਰੇ ਦੀ ਨਜ਼ਰ ਮਤਲਬ ਹੁਣ ਆਪਾਂ ਰਾਈਡ ਕਰਦੇ ਹਾਂ ਰਾਈਡ ਕਰਦੇ ਹਾਂ ਮੈਂ ਵੀ ਬਹੁਤ ਲੋਕਾਂ ਨੇ ਵੇਖਿਆ ਬਈ ਉਹ ਇਸ ਹਿਸਾਬ ਨਾਲ ਲਿਖ ਤੇ ਪਤਾ ਲੱਗ ਜਾਂਦਾ ਬੰਦੇ ਨੂੰ ਬਈ ਉਹ ਕੀ ਸੋਚ ਰਿਹਾ ਜਾਣ ਤੋਂ ਕਦੀ ਰੋਕਿਆ ਕਰਦੇ ਸ਼ੋਆਂ ਚ ਜਾਂਦੇ ਹੋ ਕਿੱਦਾਂ ਦਾ ਫੀਲ ਹੁੰਦਾ ਜਦੋਂ ਆਸੇ ਪਾਸੇ ਦੇਖਦੇ ਆਪਣੇ ਸ਼ੌਂਕ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਕਿਤਾਬਾਂ ਖੜੇ ਰੱਖੀ ਆ ਘੋੜੇ ਹਨਾ ਜਦੋਂ ਆਪਾਂ ਦੇਖਦੇ ਹਾਂ ਆਸੇ ਪਾਸੇ ਜਾ ਕੇ ਉਦੋਂ ਨਾ ਅਲੱਗ ਜਿਹੀ ਫੀਲ ਆਉਂਦੀ ਹੈ ਬੰਦੇ ਦੇ ਮਨ ਵਿੱਚ ਖਿਆਲ ਆਉਂਦੇ ਹਨਾ ਵੀ ਇਹ ਆਪਣੇ ਕੋਲ ਆ ਵੀ ਘੋੜਾ ਹੋਵੇ ਇਹ ਵੀ ਘੋੜਾ ਹੋਵੇ ਹਨਾ ਮਤਲਬ ਆਪਣੇ ਮੁਕਤਸਰ ਮੇਲਾ ਲੱਗਦਾ ਹਾਂਜੀ ਜਨਵਰੀ ਚ ਉਦੋਂ ਜਦੋਂ ਆਪਣੇ ਕੋਲ ਘੋੜੇ ਨਹੀਂ ਸੀਗੇ ਅਸੀਂ ਉਦੋਂ ਵੀ ਜਾਂਦੇ ਹੁੰਦੇ ਸੀ ਮੈਂ ਪਾਪਾ ਨਾਲ ਜਾਂਦੀ ਸੀ ਠੀਕ ਹੈ ਤੇ ਉਦੋਂ ਮੈਨੂੰ ਪਾਪਾ ਨੇ ਵੀ ਬਹੁਤ ਵਾਰੀ ਕਿਹਾ ਮੈਂ ਨਾ ਪਾਪਾ ਨੂੰ ਕਿਹਾ ਮੈਂ ਕਿਹਾ ਪਾਪਾ ਵੀ ਘੋੜਾ ਲਵਾਂਗੇ ਮਤਲਬ ਘੋੜੇ ਲਵਾਂਗੇ ਪਾਪਾ ਕਹਿੰਦੇ ਨਾ ਹਾਂ ਹਾਂ ਕੋਈ ਨੀ ਲਵਾਂਗੇ ਤੇ ਪਾਪਾ ਮੇਰੇ ਨਾਲ ਨਾ ਮਜ਼ਾਕ ਕਰਨ ਲੱਗ ਗਏ ਕਹਿੰਦੇ ਨਾ ਰੋਬਿਨ ਇੱਕ ਦਿਨ ਨਾ ਆਪਣੀ ਘੋੜੀ ਵੀ ਸ਼ੋਅ ਚ ਹੋਊਗੀ ਮੈਨੂੰ ਤਾਂ ਯਕੀਨ ਨੀ ਆਇਆ ਸੀ ਵੀ ਹਾਂ ਅਸੀਂ ਵੀ ਘੋੜੇ ਲਵਾਂਗੇ ਹਾਂਜੀ ਹੁਣ ਅੱਜ ਜਦੋਂ ਜਾਂਦੇ ਆ ਹੁਣ ਜਦੋਂ ਜਾਂਦੇ ਆ ਵੀ ਪਤਾ ਲੱਗਦਾ ਵੀ ਹਾਂ ਆਪਣੇ ਕੋਲ ਆਪਣੇ ਮੰਮੀ ਨੇ ਘੋੜੇ ਰੱਖੇ ਹੋਏ ਆ ਸਾਰਿਆਂ ਨੇ ਪਾਲੇ ਹੋਏ ਆ ਆਸੇ ਪਾਸੇ ਸਾਰਿਆਂ ਨੇ ਘੋੜੇ ਦੇਖਦੇ ਆ ਤੇ ਬਹੁਤ ਵਧੀਆ ਫੀਲ ਆਉਂਦਾ ਤੇ ਕੰਪੀਟੀਸ਼ਨ ਦੀ ਗੱਲ ਕਰੀਏ ਕਿੰਨੀ ਵਾਰੀ ਕੰਪੀਟੀਸ਼ਨ ਚ ਲੱਗ ਗਏ ਆ ਘੋੜੇ ਕੰਪੀਟੀਸ਼ਨ ਵੈਸੇ ਤਾਂ ਆਪਾਂ ਦੋ ਮਤਲਬ 2 ਸਾਲ ਹੀ ਹੋਏ ਆ ਅਜੇ ਠੀਕ ਹੈ 2 ਸਾਲ ਹੀ ਲੈ ਕੇ ਗਏ ਆ ਘੋੜੀਆਂ ਤਾਂ ਮੇਲੇ ਤੇ ਇਸ ਵਾਰ ਤਾਂ ਕੰਪੀਟੀਸ਼ਨ ਚ ਨਹੀਂ ਲੈ ਕੇ ਗਏ ਪਿਛਲੀ ਵਾਰ ਲੈ ਕੇ ਗਏ ਸੀ ਕਿ ਆਪਾਂ ਮਸ਼ੀਨ ਕਿਹੜੀ ਜਿਹੜੀ ਇਹਦੀ ਖਾਸੀਅਤ ਆ ਜਿਹੜੀ ਦੂਜੇ ਜਾਨਵਰਾਂ ਨਾਲੋਂ ਅੱਡ ਬਣਾਉਂਦੀ ਹੈ ਮਤਲਬ ਜ਼ਿਆਦਾਤਰ ਆਪਣੇ ਮਤਲਬ ਜਿਹੜਾ ਓਨਰ ਹੁੰਦਾ ਨਾ ਇਹ ਜਿਹੜੀ ਵੀ ਓਨਰ ਕੋਲ ਜਾਂਦੀ ਆ ਉਹਨੂੰ ਭੁੱਲਦੀ ਨਹੀਂ ਗੀ ਇਹਦਾ ਜਿਹੜੇ ਮਾਲਕ ਹੁੰਦਾ ਤੇ ਇਹ ਘੋੜੀ ਨਾ ਭਾਵੇਂ ਕਿੰਨਾ ਮਰਜ਼ੀ ਟਾਈਮ ਹੋ ਜੇ ਜੇ ਮੰਨ ਲਓ ਆਪਾਂ ਜਾਵਾਂਗੇ ਆਪਣੇ ਕੋਲ 3-4 ਸਾਲ ਪਹਿਲਾਂ ਉਹ ਘੋੜੀ ਸੀਗੀ ਜੇ ਆਪਾਂ ਉਹ ਘੋੜੀ ਕੋਲ ਜਾਵਾਂਗੇ ਘੋੜੀ ਨੂੰ ਪਤਾ ਲੱਗ ਜੂਗਾ ਬਈ ਹਾਂ ਇਹ ਮੇਰਾ ਪੁਰਾਣਾ ਮਾਲਕ ਹੀ ਹੈ ਮਤਲਬ ਇੰਨੀ ਆਪਾਂ ਕਹਿ ਸਕਦੇ ਹਾਂ ਸਿਆਣ ਹੁੰਦੀ ਬੰਦੇ ਉਹਨੂੰ ਘੋੜੇ ਨੂੰ ਵੀ ਉਹਨੂੰ ਸਮਝ ਇੰਨੀ ਜ਼ਿਆਦਾ ਹੁੰਦੀ ਹੈ ਆਪਾਂ ਨਾ ਘੋੜੇ ਦੀ ਸਮਝ ਦੀ ਗੱਲ ਕਰਦੇ ਹਾਂ ਘੋੜਿਆਂ ਆਪਾਂ ਨੂੰ ਸਮਝਦੇ ਆ ਤੁਸੀਂ ਕਿਹਾ ਵੀ ਫੀਲ ਕਰਦੇ ਆ ਵੀ ਘੋੜੇ ਦੇ ਉੱਤੇ ਬਹਿੰਦੇ ਆਪਣੇ ਡਰ ਨੂੰ ਫੀਲ ਕਰਦੇ ਆ ਜਦੋਂ ਸਕੂਲੋਂ ਆਉਂਦੇ ਹੋ ਕੋਈ ਏਦਾਂ ਦੀ ਫੀਲਿੰਗ ਘੋੜੇ ਦੇ ਨਾਲ ਕੋਈ ਏਦਾਂ ਦੀ ਗੱਲ ਜੁੜੀ ਹੋਵੇ ਹਾਂਜੀ ਅਸੀਂ ਇੱਕ ਵਾਰ ਮੰਨ ਲਓ ਸਕੂਲ ਵੈਨ ਆਈ ਸੀ ਸਾਡੀ ਅਸੀਂ ਨਾ ਵੈਨ ਤੇ ਜਾਂਦੇ ਹੁੰਦੇ ਆ ਠੀਕ ਹੈ ਠੀਕ ਹੈ ਤੇ ਜਦ ਮੈਂ ਵੈਨ ਤੋਂ ਉਤਰੀ ਸਾਡੀ ਨਾ ਬਸ਼ੇਰੀ ਸੀਗੀ ਉਹ ਖੁੱਲੀ ਹੋਈ ਸੀ ਠੀਕ ਹੈ ਠੀਕ ਹੈ ਤੇ ਅਸੀਂ ਮੈਂ ਸੀ ਮੇਰੇ ਬ੍ਰਦਰ ਸੀਗੇ ਠੀਕ ਹੈ ਅਸੀਂ ਆ ਰਹੇ ਸੀ ਮਤਲਬ ਘਰ ਨੂੰ ਹੀ ਆ ਰਹੇ ਸੀ ਗੇਟ ਚੋਂ ਠੀਕ ਹੈ ਤੇ ਸਾਡੇ ਕੋਲ ਬਸ਼ੇਰੀ ਉੱਥੇ ਆ ਗਈ ਵੈਨ ਚ 2-3 ਬੱਚੇ ਸੀਗੇ ਸਾਨੂੰ ਉਹਨਾਂ ਨੇ ਅਗਲੇ ਦਿਨ ਪੁੱਛਿਆ ਵੀ ਕਹਿੰਦੇ ਵੀ ਹਾਂ ਤੁਹਾਡੇ ਘੋੜੀਆਂ ਰੱਖੀਆਂ ਹੋਈਆਂ ਭੱਜ ਕੇ ਇੱਥੇ ਆ ਗਏ ਸੀਗੇ ਠੀਕ ਹੈ ਠੀਕ ਹੈ ਮਤਲਬ ਤੁਹਾਡੇ ਕੋਲ ਬਸ਼ੇਰੀ ਆਈ ਸੀ ਉਦੋਂ ਬਹੁਤ ਵਧੀਆ ਫੀਲ ਹੋਈ ਵੀ ਹਾਂ ਸਾਨੂੰ ਆਏ ਸੀ ਸਾਰੇ ਕਹਿੰਦੇ ਆ ਘੋੜਿਆਂ ਵਾਲਾ ਹੋ ਕੇ ਮਾਣ ਮਹਿਸੂਸ ਹੁੰਦਾ ਵੀ ਅਸੀਂ ਘੋੜਿਆਂ ਵਾਲੇ ਆ ਇੱਕ ਡਿਫਰੈਂਟ ਚੀਜ਼ ਆ ਜਾਂਦੀ ਹੈ ਨਾ ਬੰਦੇ ਨੂੰ ਥੋੜਾ ਜਿਹਾ ਪ੍ਰਾਊਡ ਫੀਲ ਹੁੰਦਾ ਆਪਣੇ ਜਾਨਵਰ ਤੇ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਲੋਕ ਜਿਹੜੇ ਆ ਨਾ ਐ ਕਹਿੰਦੇ ਆ ਵੀ ਇਹ ਚ ਕੀ ਖਾਸ ਗੱਲ ਆ ਇਹਨਾਂ ਘੋੜੇ ਹੀ ਰੱਖੇ ਆ ਮੈਂ ਮਤਲਬ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਵੀ ਅੱਜ ਦੇ ਟਾਈਮ 'ਚ ਜਿਹੜਾ ਘੋੜਾ ਹੈਗਾ ਉਹ ਲਗਜ਼ਰੀ ਆ ਬਿਲਕੁਲ ਹਾਂਜੀ
ਬਾਕੀ ਜਿਹਨੇ ਘੋੜਾ ਇੱਕ ਵਾਰ ਰੱਖਿਆ ਨੀ ਉਹ ਇਹ ਮਤਲਬ ਫੀਲਿੰਗਸ ਨੂੰ ਵੀ ਕਰ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ, ਸਮਝ ਨਹੀਂ ਸਕਦਾ, ਸਮਝ ਨਹੀਂ ਸਕਦਾ, ਉਹ ਉਹੀ ਸਮਝ ਸਕਦਾ ਜਿਹਨੇ ਇਹਨਾਂ ਨਾਲ ਪਿਆਰ ਕੀਤਾ ਜਾਂ ਇਹਨਾਂ ਨੂੰ ਰੱਖਿਆ। ਬਾਕੀ ਘੋੜੇ ਆ ਜਿਹੜੇ ਉਹ ਆਪਦੀ ਜਗ੍ਹਾ ਆਪੇ ਪਹਿਲਾਂ ਬਣਾ ਲੈਂਦੇ ਆ, ਆਉਣ ਤੋਂ ਪਹਿਲਾਂ ਆਪਾਂ ਮੰਡੀ ਚ ਜਾਂਦੇ ਘੋੜਾ ਲੈਣ, ਆਪਣੀ ਕੋਈ ਔਕਾਤ ਨੀ ਹੁੰਦੀ ਵੀ ਆਪਾਂ ਘੋੜਾ ਲੈ ਕੇ ਘਰੇ ਚਲਾ ਜਾਵਾਂਗੇ, ਉਹਨੇ ਆਪ ਚਾਹੁੰਦਾ 100 ਬੰਦੇ ਚ ਵੀ ਆਪਾਂ ਇਹਦੇ ਘਰੇ ਜਾਣਾ, ਇਹਦੇ ਘਰ ਦਾ ਦਾਣਾ ਪਾਣੀ। ਬਿਲਕੁਲ ਬਿਲਕੁਲ, ਹਾਂਜੀ, ਆਪਣੀ ਕੋਈ ਔਕਾਤ ਨੀ ਹੁੰਦੀ ਭਲਾ ਲੱਖਾਂ ਕਰੋੜਾਂ ਚ ਘੋੜੇ ਆ ਜਾ, ਬੰਦੇ ਦੀ ਕੋਈ ਔਕਾਤ ਨੀ, ਉਹਨੇ ਆਪਣੇ ਆਪ ਹੀ ਆ ਜਾਣਾ ਜਿਹਦੇ ਘਰੇ ਮਾਲਕ ਨੇ, ਮਾਲਕ ਉਹਨੇ ਆਪ ਚਾਹੁੰਦਾ ਹੁੰਦਾ ਘੋੜੇ ਨੇ। ਬਿਲਕੁਲ ਜੀ ਬਿਲਕੁਲ। ਇੱਕ ਆਪਣੇ ਜਿਹੜੇ ਕੰਪੀਟੀਸ਼ਨ ਚੱਲ ਰਹੇ ਆ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮਤਲਬ ਅੱਜ ਕੱਲ ਆਪਾਂ ਜ਼ਿਆਦਾ ਦੇਖ ਹੀ ਰਹੇ ਹਾਂ, ਮੁਕਤਸਰ ਮੇਲੇ ਤੇ ਵੀ ਦੇਖਿਆ, ਹੋਰ ਕਿਤੇ ਵੀ, ਕਿ ਜਿਹੜੀ ਕੰਪੀਟੀਸ਼ਨ ਦੇ ਵਿੱਚ ਬ੍ਰਾਈਬ ਜ਼ਿਆਦਾ ਚੱਲ ਰਹੀ ਹੈ। ਬਿਲਕੁਲ, ਹਾਂਜੀ, ਤੇ ਮੇਰੀ ਮੈਂ ਤਾਂ ਇਹੀ ਕਹਿੰਦੀ ਹਾਂ ਵੀ ਜਿਹੜਾ ਵੀ ਘੋੜਾ ਜਾਂ ਘੋੜੀ ਵਿਨਰ ਹੁੰਦੀ ਆ, ਫਸਟ ਸੈਕਿੰਡ ਥਰਡ ਪੋਜੀਸ਼ਨ ਤੇ ਆਉਂਦੀ ਆ, ਉਹਨਾਂ ਦੀ ਕਰੈਕਟਰਿਸਟਿਕਸ ਦੱਸਣੀਆਂ ਚਾਹੀਦੀਆਂ ਬਈ ਉਹ ਕਿਹੜੇ ਬੇਸ ਤੇ ਵਿਨ ਕੀਤਾ ਗਿਆ ਉਹਨਾਂ ਨੂੰ, ਵੀ ਉਹ ਚ ਦੱਸਿਆ ਨਹੀਂ ਜਾਂਦਾ। ਹਾਂਜੀ, ਉਹਦੇ ਵਿੱਚ ਕਰੈਕਟਰਿਸਟਿਕਸ ਨਹੀਂ ਦੱਸੀਆਂ ਜਾਂਦੀਆਂ ਕੁੜੀਆਂ ਵੈਸੇ ਤਾਂ ਮੰਨ ਲਓ ਜੇ ਕਿਸੇ ਨੇ ਜਾਣਾ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ, ਠੀਕ ਹੈ। ਹਾਂਜੀ, ਆਪਣਾ ਸ਼ੌਂਕ ਅੱਡ ਹੁੰਦਾ ਵੀ ਕਿਸੇ ਦਾ ਬਾਹਰ ਜਾਣਾ ਹੁੰਦਾ, ਕਿਸੇ ਦਾ ਕੋਈ ਜੌਬ ਕਰਨਾ ਹੁੰਦਾ, ਬਾਹਰ ਵੀ ਆਪਾਂ ਮਿਹਨਤ ਕਰਨੀ, ਉਹੀ ਮਿਹਨਤ ਆਪਾਂ ਇੱਥੇ ਕਰੀਏ, ਬਿਲਕੁਲ ਬਿਲਕੁਲ, ਆਪਾਂ ਇੱਥੇ ਵੀ ਕਾਮਯਾਬ ਹੋ ਸਕਦੇ ਹਾਂ। ਬਿਲਕੁਲ ਬਿਲਕੁਲ, ਪਰ ਆਪਣਾ ਯੂਥ ਕਹਿੰਦਾ ਇੱਥੇ ਕੰਮ ਹੈ ਨਹੀਂ, ਕੰਮ ਕਿਉਂ ਨੀ, ਵਾਧੂ ਕੰਮ ਵੀ ਕਰਨ ਵਾਲਾ ਬੰਦਾ ਬਣੇ, ਕਰਨ ਵਾਲਾ ਬਣੇ ਵੀ, ਬਹਾਨੇ ਨੀ ਮਾਰੇ ਤੇ ਕੰਮ ਬਹੁਤ ਆ। ਹਾਂਜੀ, ਠੀਕ ਹੈ ਜੀ, ਤੇ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਭੈਣਾਂ, ਤੇ ਮੈਂ ਹਰ ਵਾਰ ਤੁਹਾਨੂੰ ਕਹਿਣਾ ਹੁੰਦਾ ਵੀ ਏਦਾਂ ਦੀਆਂ ਚੰਗੀਆਂ ਚੀਜ਼ਾਂ ਸੁਣਿਆ ਕਰੋ ਜਿੱਥੋਂ ਤੁਹਾਨੂੰ ਕੁਝ ਜਿਹੜਾ ਸਿੱਖਣ ਨੂੰ ਮਿਲੇ। ਆਪਾਂ ਅੱਗੇ ਵੀ ਗੱਲ ਕੀਤੀ ਆ ਵੀ ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ, ਹੁਣ ਜ਼ਮਾਨਾ ਬਦਲ ਰਿਹਾ, ਸੋਚ ਲੋਕਾਂ ਦੀ ਡਿਵੈਲਪ ਹੋ ਰਹੀ ਹੈ, ਤੇ ਮੈਂ ਇਹੀ ਕਹੂੰਗਾ ਕਿ ਕੁੜੀਆਂ ਤੇ ਵਿਸ਼ਵਾਸ ਕਰਾਂਗੇ ਤੇ ਕੁੜੀਆਂ ਆਪਾਂ ਨੂੰ ਦੁੱਗਣਾ ਕਰਕੇ ਦੇਣਗੀਆਂ, ਜਿਵੇਂ ਬਾਈ ਨੇ ਕਿਹਾ ਵੀ ਆਪਣਾ ਜੋ ਵੀ ਕੁਛ ਆ ਸਾਰਾ ਕੁਛ ਆਪਾਂ ਇਹਨਾਂ ਕੁੜੀ ਦੇ ਸਿਰ ਤੇ ਹੀ ਆ ਜਿਹੜਾ ਆਪਾਂ ਨੂੰ ਚੰਗਾ ਨਾਮ ਕਮਾਇਆ। ਤੇ ਮੈਂ ਕਹੂੰਗਾ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਡੀ ਗੱਲਬਾਤ ਜਿਹੜੀ ਆ ਕਿਵੇਂ ਲੱਗੀ, ਉਹਦੇ ਨਾਲ ਸਾਨੂੰ ਵੀ ਥੋੜ੍ਹਾ ਜਿਹਾ ਹੌਸਲਾ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।